ਬਿਲਕੁਲ, ਅੱਜ ਆਪਾਂ ਆਏ ਹੋਏ ਹਾਂ ਪਿੰਡ ਟੀਟੂ ਖੇੜੇ, ਅਤੇ ਆਹ ਦੇਖੋ ਇੱਧਰ ਪਿੱਛੇ ਬਾਈ ਵਰਗੇ ਵੀ ਸਾਰੇ ਖੜ੍ਹੇ ਆ, ਅਤੇ ਆਪਣੇ ਨਾਲ ਆ ਬਾਈ ਹਰਮਨ, ਅਤੇ ਬਾਈ ਹਰਮਨ ਕੋਲ 8 ਜਾਨਵਰ ਆ ਜਿਹੜੇ ਸੇਲ ਵਾਲੇ ਨੇ। ਹੋਰ ਬਾਈ ਕੀ ਹਾਲ ਨੇ? ਤੁਹਾਨੂੰ ਵੀ ਬਾਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਅਤੇ ਇਹ ਬਾਈ ਦੇ ਮਿੱਤਰ ਪਿਆਰੇ ਨੇ ਜੀ ਸਾਰੇ, ਅਤੇ ਘੋੜੀਆਂ ਬਾਈ ਆਪਣੇ ਕੋਲ ਕਿੰਨੀਆਂ ਨੇ? ਹੈ ਬਾਈ 14-15 ਨਗ ਟੋਟਲ, ਵਾਸਤੇ 9-10 ਜਾਨਵਰ ਹੈਗੇ। ਠੀਕ ਆ ਬਾਈ, ਅਤੇ ਬਾਕੀ ਦੋਸਤੋ ਬਾਈ ਕੋਲ ਘੋੜਾ ਵੀ ਆ, ਉਹ ਘੋੜਾ ਤੁਹਾਨੂੰ ਕਦੇ ਫੇਰ ਦਿਖਾਵਾਂਗੇ ਵੀਡੀਓ 'ਚ। ਆ ਜਾ ਬਾਈ, ਹੁਣ ਆਪਾਂ ਸੇਲ ਵਾਲੇ ਜਾਨਵਰ ਦਿਖਾ ਕੇ ਆਪਣੇ ਮਿੱਤਰਾਂ ਨੂੰ। ਹਾਂਜੀ ਬਾਈ, ਚਲੋ ਬਾਈ। ਅਤੇ ਬਾਕੀ ਦੋਸਤੋ ਬਾਈ ਨੂੰ ਮਤਲਬ ਸ਼ੌਂਕ ਪੁਰਾਣੀ ਆ, ਖਾਣ ਦਾ ਨਹੀਂ ਰੱਖਦੇ ਆ ਘੋੜੀਆਂ, ਅਤੇ ਨਾਲ ਲੋਹੇ ਦਾ ਵੀ ਬੜਾ ਸ਼ੌਂਕ ਰੱਖਿਆ ਜੀ। ਇੱਧਰ ਟਰੈਕਟਰ ਅਤੇ ਆਪਣਾ ਕਾਲੀ ਕੰਧ ਵਰਗੀ ਵੀ ਖੜ੍ਹੀ ਆ, ਹੈ ਨਾ। ਅਤੇ ਆਹ ਆ ਗਈਆਂ ਬਾਈ ਘੋੜੀਆਂ ਇੱਧਰ, ਜਿਹੜੀਆਂ ਆਪਾਂ ਵੇਚਣੀਆਂ ਨੇ, ਹੈਂ। ਅਤੇ ਆਹ ਬਾਈ ਜਿਹੜੀ ਆਹ ਖੜ੍ਹੀ ਆ, ਇਹ ਤਾਂ ਬੜਾ ਨਖਰਾ ਜਾਣੀ ਦਿਖਾਉਂਦੀ ਸੀ ਉਹੀ, ਹੈ ਨਾ। ਹਾਂਜੀ ਬਾਈ, ਦੇਖੀ ਕਿਤੇ ਅੱਗੇ 'ਚ ਲੱਤ ਨਾ ਧਰਦੀ। ਇਹ ਬਾਈ ਅੱਛਾ, 2 ਦੰਦ ਵਛੇਰੀ ਆ। ਠੀਕ ਆ ਬਾਈ। ਹਾਂਜੀ, ਇਹ 28-29 ਮਹੀਨੇ ਦੀ ਹੋਗੀ। 28-29 ਮਹੀਨੇ ਦੀ ਹੋਗੀ। ਘੋੜਾ ਦਿੱਤਾ ਬਾਈ ਨੇ? ਹਾਂ, ਇਹ ਬਾਈ ਗੱਬਣ ਆ, ਚੈੱਕ ਪਾਸ ਆ। ਗੱਬਣ ਚੈੱਕ ਪਾਸ ਹੋਗੀ? ਹਾਂਜੀ। ਕਿੰਨੇ ਟਾਈਮ ਦੀ ਗੱਬਣ ਹੋਗੀ ਬਾਈ? ਇਹ ਬਾਈ ਹੋਗੀ ਲਗਭਗ 3.5-4 ਮਹੀਨੇ ਦੇ ਲਗਭਗ। ਠੀਕ ਆ ਬਾਈ, 3.5। ਕਿਹੜੇ ਘੋੜੇ ਤੋਂ ਗੱਬਣਾ ਬਾਈ? ਇਹ ਬਾਈ ਮੁਲਤਾਨੀ ਪੱਟੀ ਵਾਲਾ ਹੀਰਾ ਘੋੜਾ ਆਪਣੇ ਕੋਲ ਹੀ ਇੱਥੇ ਬਾਈਆਂ ਕੋਲ। ਠੀਕ ਆ ਬਾਈ, ਅਤੇ ਉਹ ਤੋਂ ਗੱਬਣਾ ਜੀ। ਠੀਕ ਆ ਬਾਈ, ਘੋੜਾ ਮੁਲਤਾਨੀ ਪੱਟੀ ਵਾਲਾ। ਹਾਂਜੀ, ਠੀਕ ਆ ਭਰਾ। ਹਾਈਟ ਵਗੈਰਾ ਕਿੰਨੀ ਆ ਬਾਈ ਇਹਦੀ? ਬਾਈ 6.5 ਇੰਚ ਹਾਈਟ। 6.5 ਇੰਚ ਹਾਈਟ ਆ, ਅਤੇ ਇਸ ਵਾਰੀ ਸੂਰੀ ਲੱਗੇ ਬਾਈ? ਬਹੁਤ ਚੰਗੀ ਬਾਈ, ਬਹੁਤ ਚੰਗੀ ਰੇਵੀਆ, ਬਹੁਤ ਸੋਹਣਾ ਤੁਰਦੀ ਆ। ਤੁਰਦੀ ਬਹੁਤ ਸੋਹਣਾ ਬਾਈ, ਹੈ ਨਾ। ਵੀਡੀਓ 'ਚ ਵੀ ਪੂਰਾ ਆਇਆ ਇਹਨਾਂ ਨੇ, ਐਟੀਟਿਊਡ ਪੂਰਾ ਦਿਖਾਇਆ। ਹਾਂਜੀ ਬਾਈ, ਬਹੁਤ। ਬਾਕੀ ਕੰਨਾ ਕੁੰਨਾ ਪੱਖੋ ਸਾਰੇ ਪੱਖੋ ਸੁਨੱਖੀ ਆ ਦੋਸਤੋ। ਬਿਲਕੁਲ, ਅਤੇ ਪੈਰ ਦੇ ਚਾਰੇ ਬਾਈ ਚਿੱਟੇ ਨੇ? ਚਾਰੇ ਚਿੱਟਾ ਜੀ, ਮੱਥੇ 'ਤੇ ਤਿਲਕ ਥੋੜ੍ਹਾ। ਮੱਥੇ 'ਤੇ ਤਿਲਕ? ਹਾਂਜੀ। ਠੀਕ ਆ ਬਾਈ, ਅਤੇ ਮੁੱਲ ਭਾਅ ਬਾਈ ਇਹਦਾ ਕੀ ਕਰਦੇ ਆਪਾਂ? ਮੁੱਲ ਬਾਈ ਕੋਈ ਨਹੀਂ, ਫੋਨ 'ਤੇ ਕਰ ਲਾਂਗੇ। ਠੀਕ ਆ ਬਾਈ, ਮੁੱਲ ਭਾਅ ਆਪਾਂ ਕਰਾਂਗੇ ਫੋਨ 'ਤੇ। ਹਾਂਜੀ, ਅਤੇ ਇਦੂ ਬਾਅਦ ਬਾਈ ਆਹ ਇੱਧਰ ਕਾਲੀ ਕੰਧ ਵਰਗੀ, ਫਿਰ ਮਾਰਵਾੜੀ ਘੋੜੀ ਹੈ ਜੀ। ਠੀਕ ਆ ਬਾਈ, ਮੱਥੇ ਫੁੱਲ ਆ, ਇੱਕ ਪੈਰ ਚਿੱਟਾ ਜੀ ਇਹਦਾ, ਮਗਰਲਾ ਇੱਕ ਪੈਰ ਚਿੱਟਾ, ਹੈ ਨਾ। ਅਤੇ ਮੱਥੇ 'ਚ ਫੁੱਲ ਆ ਗਿਆ ਬਾਈ, ਅਤੇ ਇਹ ਕਿੰਨੇ ਟਾਈਮ ਦੀ ਗੱਭਣਾ ਬੜੇ ਬਾਈ? ਇਹ ਬਾਈ 7 ਮਹੀਨਿਆਂ ਦੇ ਲਗਭਗ ਹੋਗੀ। 7 ਮਹੀਨਿਆਂ ਦੀ? ਅੱਜ ਆ 4 ਤਰੀਕ ਨੂੰ, 7 ਦਿਨਾਂ, 7 ਮਹੀਨਿਆਂ ਦੀ ਹੋਗੀ। 4 ਤਰੀਕ ਨੂੰ 7 ਮਹੀਨਿਆਂ ਦੀ ਹੋਜੂ ਬਾਈ, ਬਾਹ ਆ ਗਿਆ ਕੰਮ ਸਿਰ 'ਤੇ। ਹਾਂਜੀ, ਅਤੇ ਗਾਹਾਂ ਬਾਈ ਟਾਈਮ 'ਚ ਵੀ ਬੜੇ ਘੈਂਟ 'ਚ ਸੂ ਗਏ। ਹਾਂਜੀ ਹਾਂਜੀ, ਬਹੁਤ ਵਧੀਆ, ਸੂਆ ਬਹੁਤ ਸੋਹਣੇ ਟਾਈਮ 'ਚ ਲੱਗੇ ਜੋ, ਨਾ ਗਰਮੀ ਨਾ ਠੰਡ। ਅਤੇ ਵੱਡੇ ਭਾਈ ਕਿਹੜੇ ਘੋੜੇ ਤੋਂ ਗੱਬਣਾ ਇਹ? ਇਹ ਵੀ ਬਾਈ ਉਸੇ ਮੁਲਤਾਨੀ ਪੱਟੀ ਵਾਲੇ ਹੀਰੇ ਘੋੜੇ ਤੋਂ ਗੱਬਣਾ। ਠੀਕ ਆ ਬਾਈ, ਮਾਰਵਾੜੀ ਘੋੜਾ? ਮਾਰਵਾੜੀ ਘੋੜੇ ਦੀ ਮਾਰਕਿੰਗ ਮੂਰਕਿੰਗ ਕੀ ਆ ਬਾਈ? ਜੈੱਡ ਬਲੈਕ ਆ ਜੀ। ਬਿਲਕੁਲ, ਠੀਕ ਆ। ਅਤੇ ਹਾਈਟ ਹੂਈਟ ਕਿੰਨੀ ਕਾ? 65 ਇੰਚ ਹਾਈਟ ਆ ਬਾਈ। ਠੀਕ ਆ ਬਾਈ, 65, ਚੰਗਾ ਘੋੜਾ, ਬਹੁਤ ਚੰਗਾ ਜੀ। ਅਤੇ ਇਹ ਬਾਈ ਫਿਰ ਇਹਦੀ ਹਾਈਟ ਕਿੰਨੀ ਆ ਘੋੜੀ ਦੀ? ਇਹਦੀ 68 ਇੰਚ ਆ ਜੀ। ਇਹਦੀ 68 ਇੰਚ? ਅਤੇ ਬਾਕੀ ਬਾਈ ਇਹ ਵੀ ਘੋੜੀ ਚੰਗੀ ਆ ਬਾਈ, ਨਗਰ ਇਹ ਵੀ ਸਵਾਰੀ ਸਵਾਰੀ ਦੀ ਬਹੁਤ ਚੰਗੀ ਆ ਬਾਈ। ਬਾਕੀ ਕੰਨਾ ਕੰਨਾ ਤੋਂ ਵਧੀਆ ਬਾਈ, ਸਾਰੇ ਪੱਖੋਂ ਵਧੀਆ। ਅਤੇ ਪਹਿਲਾਂ ਸੂਈ ਆ ਬਾਈ ਇਹ? ਇਹ ਸੂਈ ਹੈ ਜੀ, ਪਿਛਲੇ ਸਾਲ ਇਹਦੇ ਮਗਰ ਰਾਜ ਹੰਸ ਦਾ ਬੱਚਾ ਸੀਗਾ। ਠੀਕ ਆ ਬਾਈ, ਕਿਵੇਂ ਜਿਹਾ ਦਿੱਤਾ ਬਾਈ ਬੱਚਾ? ਬਹੁਤ ਚੰਗਾ ਬੱਚਾ ਸੀਗਾ ਜੀ। ਮੱਥੇ 'ਤੇ ਫੁੱਲ ਸੀਗਾ, 2 ਪੈਰ ਮਗਰਲੇ ਵਾਈਟ ਸੀਗੇ। ਠੀਕ ਆ ਬਾਈ, 2 ਪੈਰ ਚਿੱਟੇ? ਹਾਂਜੀ, ਬਹੁਤ ਚੰਗੇ ਰੇਟਾਂ 'ਤੇ ਵਿਕਿਆ ਜੀ ਉਹ। ਬਾਕੀ ਬਾਈ ਘੋੜੀ ਦੱਸਦੀ ਆ ਕਿ ਵੀ ਬੱਚਾ ਚੰਗਾ ਦੇਊਗੀ, ਕਿਉਂਕਿ ਘੋੜੀ ਪੇਟਲ ਆ ਬਾਈ, ਹੈ ਨਾ। ਲੈਂਥ ਲੂੰਥ ਵਧੀਆ ਗਈ, ਬੱਚਾ ਬੱਚੇ ਦੇਣ ਵਾਲੀ ਘੋੜੀ ਆ, ਆਪਾਂ ਖਾਣ ਕਹਿ ਸਕਦੇ ਹਾਂ ਖਾਣ। ਅਤੇ ਮੁੱਲ ਭਾਅ ਵੱਡੇ ਬਾਈ ਹਰਮਨ ਇਹਦਾ ਵੀ ਫੋਨ 'ਤੇ ਕਰਾਂਗੇ? ਕਰ ਲਾਂਗੇ ਬਾਈ। ਠੀਕ ਆ ਬਾਈ, ਮੁੱਲ ਭਾਅ ਇਹਦਾ ਵੀ ਫੋਨ 'ਤੇ ਕਰੋਗੇ, ਅਤੇ ਆ ਜਾਓ ਬਾਈ ਹੁਣ ਉੱਧਰ ਦੂਜੀਆਂ ਦਿਖਾ ਦੇਈਏ। ਦੂਜੀਆਂ ਬਾਈ ਅੰਦਰ ਕਰ ਰੱਖੀਆਂ ਹੈ ਅੰਦਰ? ਹਾਂਜੀ ਬਾਈ, ਫਵਾਰੇ ਫਵੂਰੇ ਫਿਰ ਹਰਮਨ ਬਾਈ ਪੂਰੇ ਲਾ ਰੱਖੇ। ਹਾਂਜੀ ਹਾਂਜੀ ਬਾਈ, ਚੱਲਦੇ ਕਿਉਂ ਗਰਮੀ ਬਹੁਤ ਆ, ਜਾਨਵਰ ਤੰਗ ਹੁੰਦੇ ਆ, ਫਿਰ ਨਾਲ ਨਾਲ ਵਧੀਆ। ਆਪਦੇ ਦੋਸਤੋ ਬਾਈ ਹਰਮਨ ਕਹਿੰਦਾ ਵੀ ਪਲਾ ਮੁੜ ਕੇ ਤਾਂ ਆਪਣਾ ਤਾਲਾ ਚੱਲ ਪਏ, ਪਰ ਇਹਨਾਂ ਨੂੰ ਗਰਮੀ ਨਹੀਂ ਲੱਗਣੀ ਚਾਹੀਦੀ। ਅਤੇ ਅੱਜ ਅਸੀਂ ਕਰਿਆ ਵੀ ਗਰਮੀ 'ਚ ਹੀ ਸ਼ੂਟ, ਦੇਖ ਸਕਦੇ ਹੋ ਤੁਸੀਂ ਸਾਰਿਆਂ ਦਾ ਮਤਲਬ ਧੁੱਕੀ ਨਿਕਲੀ ਪਈ ਆ, ਉਹ ਆ ਗਈ ਬਾਈ, ਹੈ ਨਾ, ਸੋਹਣੇ ਜਿਹੇ ਰੰਗ ਵਾਲੀ ਵਛੇਰੀ। ਅਤੇ ਇਹ ਇਹ ਜੇ ਇਹਦੀ ਬੱਚੀ ਦੀ ਗੱਲ ਕਰਕੇ ਬਾਈ, ਆਹ ਕਿਹੜੇ ਘੋੜੇ ਦੀ ਆ ਕੁਛ ਪਤਾ? ਇਹ ਬਾਈ ਸੂਰੇ ਵਾਲੀ ਲੈਣ ਦੀ ਆ। ਠੀਕ ਆ, ਰਾਜਸਥਾਨ ਘੋੜਾ ਰਾਜਾ ਉਹਦੀ ਬੱਚੀ ਆ ਬਾਈ। ਠੀਕ ਆ ਬਾਈ, ਸੂਰੇ ਵਾਲੀ ਲੈਣ 'ਚੋਂ ਆ ਗਈ, ਅਤੇ ਮਾਂ ਦਾ ਕੁਛ ਪਤਾ ਬਾਈ? ਮਾਂ ਇਹਦੀ ਬਹੁਤ ਚੰਗੀ ਹੈ, 63 ਇੰਚ ਦੀ ਘੋੜੀ ਸੀ। ਠੀਕ ਆ ਬਾਈ, ਅਤੇ ਇਹ ਹੁਣ ਕਿੰਨੇ ਟਾਈਮ ਦੀ ਹੋਗੀ ਬਾਈ? ਇਹ ਬਾਈ 13 ਮਹੀਨਿਆਂ ਦੀ ਹੋਗੀ। 13 ਮਹੀਨਿਆਂ ਦੀ ਹੋਗੀ? ਅਤੇ ਇਹਦੇ ਵੀ ਦੋਸਤੋ 3-4 ਪੈਰ ਹੀ ਚਿੱਟੇ ਆ, ਹੈ ਨਾ।
ਹਾਂ ਬਈ ਤੀਜੇ ਦੇ ਜਵਾਬ ਹੈਗਾ ਚੌਥੇ ਤੀਜੇ ਤੇ ਹਾਂ ਹੈਗਾ ਹੈਗਾ ਤੇ ਮੱਥੇ ਬੜਾ ਦੋਸਤੋ ਬਾਕੀ ਬਈ ਕਿ ਫਿਰ ਆਪਣਾ ਹਾਈਟ ਹੂਟ ਕੋਈ ਅੰਦਾਜ਼ਾ ਹੈ ਇਹਦਾ ਕਿੰਨੀ ਕੁ ਲਈ ਹਾਈਟ ਬਈ ਹੋਊਗੀ 57-57 ਇੰਚ ਠੀਕ ਹੈ ਬਈ ਹਲੇ 13 ਮਹੀਨੇ ਦੀ ਹੈ 13 ਮਹੀਨੇ ਦੀ ਹਾਂਜੀ ਤੇ ਬਹੁਤ ਵਧੀਆ ਹਾਈਟ ਕੱਢੂਗੀ ਹਾਂ ਹਾਈਟ ਹੂਟ ਚੰਗੀ ਲੈ ਜੂਗੀ ਬਾਕੀ ਬਈ ਮੁੱਲਭਾ ਫਿਰ ਇਹਦਾ ਵੀ ਵੀਡੀਓ ਚ ਕਰਨਾ ਹਾਂਜੀ ਬਈ ਆਪਣਾ ਫੋਨ ਤੇ ਕਰ ਲਾਂਗੇ ਠੀਕ ਹੈ ਬਈ ਮੁੱਲਭਾ ਫੋਨ ਤੇ ਬਾਕੀ ਕੰਨੇ ਵੀ ਬੜੇ ਸੋਹਣੇ ਜੁੜਦੇ ਆ ਕੰਨਾਂ ਦੀਆਂ ਤਾਂ ਦੋਨੇ ਹੀ ਮਾਮਾ ਧੀਆਂ ਮਾਮਾ ਧੀ ਹੈਗੇ ਆ ਦੋਨੇ ਹੀ ਮਤਲਬ ਸਰਾਣਾ ਹੀ ਲਾ ਲਓ ਜੀ ਹਾਂ ਭੈਣਾਂ ਹੀ ਲੱਗਦੀਆਂ ਨੇ ਦੋਨੇ ਹਨਾ ਉਹ ਤਾਂ ਇਦੋਂ ਵੀ ਘੈਂਟ ਜੋੜਦੀ ਆ ਹੋ ਗਈ ਇਹ ਵੀ ਪਕਾਊ ਤੇ ਉਹਦੀ ਗੱਲ ਕਰਕੇ ਬਾਈ ਉਹ ਕਿੰਨੇ ਟਾਈਮ ਦੀ ਆ ਉਹ ਬਾਈ ਦੋ ਦੰਦ ਦਾ 28 ਮਹੀਨਿਆਂ ਦੀ ਬਛੇਰੀ ਹੈ ਉਹ ਦੋ ਦੰਦ ਦਾ 28 ਮਹੀਨਿਆਂ ਦੀ ਬਛੇਰੀ ਆ ਤੇ 60ੋਂ ਬਾਹਰ ਹੋਈ ਖੜੀ ਆ ਬਾਈ ਠੀਕ ਆ ਬਾਈ 60ੋਂ ਬਾਹਰ ਆ ਹਾਂਜੀ ਇਹ ਇਹ ਕਿਹੜੇ ਕੂੜੇ ਦੀ ਆ ਕੁਛ ਹੈ ਪਤਾ ਬਾਈ ਇਹ ਬਾਈ ਅਨਨੋਨ ਇਹ ਅਨਨੋਨ ਲਾਈਨ ਕੋਈ ਕਿਨ ਲਾਈਨ ਹੈ ਹਾਂਜੀ ਠੀਕ ਆ ਬਾਈ ਤੇ ਕੰਨਾਂ ਕੁੰਨਾਂ ਦੀ ਦੋਸਤੋ ਇਹ ਬੜੀ ਸ਼ਕੀਨ ਆ ਗਰਦਨ ਪੱਖੋਂ ਕਿ ਲਾਲ ਗਏ ਚਾਲ ਚੂਲ ਮੜਕ ਵੀ ਪੂਰੀ ਆ ਬਾਈ ਹਾਂਜੀ ਬਾਈ ਬਾਕੀ ਆਇਆ ਬਾਈ ਸੀਲ ਨੇ ਦੋਨੇ ਹੀ ਬਛੇਰੀਆਂ ਸੀਲ ਨੇ ਦੋਸਤੋ ਦੇਖ ਲਓ ਤੁਸੀਂ ਪਹਿਲਾਂ ਸ਼ਾਰਟ ਕੱਢਣ ਵੇਲੇ ਵੀ ਮਤਲਬ ਵਧੀਆ ਕਢਾਏ ਬਾਈ ਇਹਨਾਂ ਨੇ ਤੰਗ ਨਹੀਂ ਕਰਿਆ ਬਿਲਕੁਲ ਵੀ ਇੱਕ ਇੱਕ ਵਾਰੀ ਬਸ ਬਟਨ ਦੱਬਣਾ ਪਿਆ ਕੈਮਰੇ ਦਾ ਤੇ ਦੂਜੀ ਗੱਲ ਤੁਸੀਂ ਖੜੀਆਂ ਵੀ ਦੇਖੋ ਹਨਾ ਇਕੱਠੀਆਂ ਨੇ ਤੇ ਹੋਰ ਬਾਈ ਇਹ ਹੋ ਗਈਆਂ ਦੋ ਆਪਣੇ ਕੋਲ ਸੇਲ ਵਾਸਤੇ ਤੇ ਇੱਧਰ ਆ ਵੀ ਸੇਲ ਨੇ ਹਾਂਜੀ ਠੀਕ ਆ ਮੱਥੇ ਪੱਟੇ ਦੀ ਗੱਬਣ ਘੋੜੀ ਆ ਬਾਈ ਇਹ ਵੀ ਇਹ ਕਿਹੜੀ ਘੋੜੀ ਤੋਂ ਗੱਬਣਾ ਬਾਈ ਇਹ ਵੀ ਮਲਤਾਨੀ ਪੱਟੀ ਵਾਲੇ ਹੀਰੇ ਘੋੜੀ ਤੋਂ ਗੱਬਣਾ ਠੀਕ ਆ ਬਈ ਇਹ ਵੀ ਮਲਤਾਨੀ ਪੱਟੀ ਵਾਲੇ ਤੋਂ ਗੱਬਣਾ ਤੇ ਇਹਦੇ ਮੱਥੇ ਪੜਾ ਤੇ ਪੈਰ ਕਿੰਨੇ ਬਾਈ ਤਿੰਨ ਕਿ ਦੋ ਚਿੱਟੇ ਦੋ ਚਿੱਟੇ ਆ ਬਾਈ ਇੱਕ ਸਾਈਡ ਵਾਲੇ ਠੀਕ ਆ ਬਾਈ ਦੋ ਇੱਕ ਸਾਈਡ ਵਾਲੇ ਪੈਰ ਚਿੱਟੇ ਨੇ ਹਾਈਟ ਕਿੰਨੀ ਆ ਬਾਈ ਇਹਦੀ ਇਹ ਬਾਈ 60.5 ਇੰਚ ਫੱਟੀ ਵਾਲੀ ਹਾਈਟ ਆ ਠੀਕ ਆ ਬਾਈ 60.5 ਇੰਚ ਇਹਦੀ ਹਾਂਜੀ ਤੇ ਇਹ ਬਾਈ ਆਪਣੇ ਮੰਨ ਕੇ ਚੱਲ ਕਿੰਨੇ ਟਾਈਮ ਦੀ ਗੱਬਣ ਹੋ ਗਈ ਮੈਂ ਇਹ ਬਾਈ 3 ਮਹੀਨੇ ਦੀ ਗੱਬਣ 3 ਮਹੀਨੇ ਦੀ ਗੱਬਣ ਹੋ ਗਈ ਚੈੱਕ ਪਾਸ ਆ ਚੈੱਕ ਪਾਸ ਆ ਬਾਈ ਠੀਕ ਆ ਸਵਾਰੀ ਸਵੂਰੀ ਨੂੰ ਕਿਵੇਂ ਆ ਬਾਈ ਠੀਕ ਆ ਬਾਈ ਬਹੁਤ ਸੋਹਣੀ ਤੁਰਦੀ ਸਵਾਰੀ ਵਧੀਆ ਕਰਾਉਂਦੀ ਆ ਬਾਈ ਸੀਲ ਆ ਸੀਲ ਜਮਾ ਸੀਲ ਪਹਿਲਾਂ ਕਿੰਨੇ ਸੂਏ ਸੂਈ ਆ ਬਾਈ ਪਹਿਲਾਂ ਬਾਈ ਇਹਦੇ ਬਛੇਰਾ ਖੜਾ ਸੀਗਾ ਇਹਦੇ ਪਿਛਲੇ ਆਪਾਂ ਲੈ ਕੇ ਆਏ ਸੀ ਜਿੱਥੋਂ ਮਗਰ ਮਾਰਵਾੜੀ ਬਛੇਰਾ ਸੀ ਮੱਥੇ ਪਟੇ ਦਾ ਚੰਗਾ ਸੀ ਬਾਈ ਹਾਂਜੀ ਬਹੁਤ ਚੰਗਾ ਬੱਚਾ ਬਾਕੀ ਘੋੜੀ ਦੀ ਬਾਈ ਇਹਦੀ ਵੀ ਲੈਂਥ ਲੂੰਥ ਬਹੁਤ ਆ ਹਨਾ ਹਾਂਜੀ ਸੋਹਣੀ ਆ ਘੋੜੀ ਤੇ ਇਧਰਲੀ ਦੀ ਗੱਲ ਕਰਕੇ ਬਾਈ ਆਹ ਇਹ ਕਾਲੀ ਚੰਬੀ ਘੋੜੀ ਆ ਬਾਈ ਚੰਬੀ ਦੀ ਹਾਂਜੀ ਠੀਕ ਆ ਬਾਈ ਇਹ ਚੰਬੀ ਇੱਕ ਕੁਝ ਪਤਾ ਇਹਦੀ ਲਾਈਨ ਵਗੈਰਾ ਦਾ ਬਾਈ ਲਾਈਨ ਬਾਈ ਇਹ ਬਹੁਤ ਜਿਵੇਂ 8-9 ਸਾਲਾਂ ਦੀ ਘੋੜੀ ਆ ਤੇ ਬਹੁਤ ਚੰਗੇ ਬੱਚੇ ਦਿੱਤੇ ਆ ਬਾਈ ਇਹਨੇ ਅੱਛਾ ਬਾਈ ਤੇ ਚੰਗੇ ਰੇਟਾਂ ਦੇ ਵਿਕੇ ਹੋਏ ਬੱਚੇ ਨੇ ਇਹਦੇ ਤੇ ਲੈਂਥ ਲੂੰਥ ਬਹੁਤ ਆ ਬਾਈ ਘੋੜੀ ਦੀ ਬਹੁਤ ਚੰਗੀ ਘੋੜੀ ਦੀ ਲੈਂਥ ਇਹਦੀ ਵੀ ਚੰਗੀ ਆ ਤੇ ਹਾਈਟ ਕਿੰਨੀ ਹੋਈ ਇਹਦੀ ਇਹਦੀ 60.5 ਇੰਚ ਆ ਬਾਈ 60.5 ਇੰਚ ਹਾਈਟ ਆ ਤੇ ਪਹਿਲਾਂ ਕਿੰਨੇ ਸੂਏ ਸੂ ਵੀ ਭਰਾਏ ਇਹ ਬਾਈ ਸੂਗੀ 4 ਸੂਏ 4 ਸੂਏ ਸੂ ਹਾਂਜੀ ਤੇ ਹੁਣ ਵੀ ਗੱਬੜਾ ਹੁਣ ਗੱਬਣਾ ਚੈੱਕ ਪਾਸ ਆ ਬਾਈ ਕਿੰਨੇ ਟਾਈਮ 2 ਮਹੀਨਿਆਂ ਦੀ ਹੋ ਗਈ ਹੁਣ 2 ਮਹੀਨੇ ਦੀ ਚੈੱਕ ਪਾਸ ਇਹਦੀ ਹੋ ਗਈ ਇਹ ਕਿਹੜੇ ਤੋਂ ਬਾਈ ਆਪਣੇ ਵਾਲੇ ਘੋੜੇ ਤੋਂ ਬਾਈ ਨੁਕਰੇ ਤੋਂ ਠੀਕ ਹੈ ਬਾਈ ਹਾਂਜੀ ਹਾਥੀ ਘੋੜੇ ਦਾ ਬੱਚਾ ਆਪਣੇ ਕੋਲੇ ਹਾਂਜੀ ਹਾਥੀ ਦਾ ਬੱਚਾ ਬਾਈ ਆਪਣੇ ਵਾਲੇ ਦੀ ਵੀ ਮਾੜੀ ਜੀ ਦੱਸ ਦਿਓ ਡਿਟੇਲ ਦਾ ਪਾ ਦਿਓ ਚੈਨਲ ਹਾਥੀ ਘੋੜੇ ਦਾ ਬੱਚਾ ਬਾਈ 64 ਇੰਚ ਠੀਕ ਹੈ ਕਰਦਾ ਮੂੰਹੋਂ 4 ਦੰਦ ਹੈ ਜੀ ਹੁਣ ਠੀਕ ਹੈ ਬਾਈ ਹਾਂਜੀ ਮਾਂ ਇਹਦੀ ਹੈਗੀ 64 ਇੰਚ ਦੀ ਘੋੜੇ ਦੀ ਵੀ ਠੀਕ ਹੈ ਬਾਈ ਹਾਂਜੀ ਘੋੜੇ ਦੀ ਮਾਂ ਵੀ 64 ਇੰਚ ਦੀ ਹੈ ਹਾਂਜੀ ਹਾਥੀ ਘੋੜਾ ਤੁਹਾਨੂੰ ਪਤਾ ਹੀ ਹੈ ਬਾਕੀ ਉਹਦਾ ਬਾਈ ਸਰੇ ਸੀ ਹਨਾ ਜਦੋਂ ਨਾ ਹੀ ਹਾਥੀ ਤੇ ਫਿਰ ਹਾਥੀ ਦਾ ਕੰਮ ਹੀ ਹੋਊਗਾ ਤੇ ਬਾਕੀ ਬਾਈ ਸਵਾਰੀ ਸੂਰੀ ਵਧੀਆ ਕਰਾਉਂਦੀ ਬਾਈ ਸਵਾਰੀ ਸੂਰੀ ਦੀ ਬਹੁਤ ਚੰਗੀ ਹਾਂਜੀ ਬਾਕੀ ਬਾਈ ਗਰਦਨ ਗੁਰਦਨ ਬਾਈ ਸਾਰੇ ਪੱਖੋਂ ਹੀ ਮਤਲਬ ਘੋੜੀ ਘੈਂਟ ਆ ਨਖਰਾ ਬਹੁਤ ਆ ਜੀ ਘੋੜੀ ਨਖਰਾ ਵੀ ਚੰਗਾ ਹੈ ਗਰਦਨ ਵੀ ਮਤਲਬ ਪੂਰੀ ਐਨ ਲੰਮੀ ਤੇ ਸਰਾਹੀ ਵਰਗੀ ਪਈ ਆ ਬਾਕੀ ਚਾਲ ਚੂਲ ਨੂੰ ਤਾਂ ਬਾਈ ਤੁਸੀਂ ਕਹਿੰਦੇ ਸੀਗੇ ਵੀ ਅੱਗ ਦੀ ਨਾਲ ਹੀ ਆ ਬਿਲਕੁਲ ਤੇ ਮੁੱਲਭਾ ਬਾਈ ਇਹਨਾਂ ਦਾ ਵੀ ਹਾਂ ਬਾਈ ਫੋਨ ਤੇ ਕਰ ਲਾਂਗੇ ਠੀਕ ਆ ਬਾਈ ਇਹਨਾਂ ਦਾ ਵੀ ਫੋਨ ਤੇ ਹੋ ਜੂ ਇੱਕ ਬਾਈ ਜਿਹੜਾ ਬਛੇਰਾ ਸੀਗਾ ਆਪਾਂ ਬਛੇਰਾ ਦਿਖਾਇਆ ਸੀਗਾ ਬਾਈ ਹਾਂਜੀ ਉਹ ਬਾਈ ਬਾਹਰਲੇ ਘਰ ਖੜਾ ਦੂਜੇ ਪਾਸੇ ਹਾਂਜੀ ਉਹਦੀ ਕੀ ਡਿਟੇਲ ਆ ਬਾਈ ਉਹ ਵੀ ਮੱਥੇ ਪਟੇ ਦਾ ਬਾਈ ਅੱਛਾ ਬਾਈ ਤੇ ਨੀਲ ਹੰਸ ਦਾ ਜੀ ਬੱਚਾ ਉਹ ਨੀਲ ਹੰਸ ਦਾ ਹਾਂ ਨੀਲ ਹੰਸ ਕਾਲੇ ਕਾਂਟੇ ਦਾ ਹਾਂਜੀ ਉਹਦਾ ਬੱਚਾ ਠੀਕ ਆ ਬਾਈ ਹਾਂਜੀ ਤੇ ਕਿੰਨੀ ਉਮਰ ਕਿੰਨੀ ਹੋ ਗਈ ਉਹਦੀ ਉਮਰ ਹੋ ਗਈ ਬਾਈ ਉਹਦੀ 8-9 ਮਹੀਨੇ 8-9 ਮਹੀਨੇ ਹਾਂਜੀ ਤੇ ਉਹਦਾ ਬਾਈ ਮੁੱਲਭਾ ਬਾਈ ਫੋਨ ਤੇ ਉਹ ਫੋਨ ਤੇ ਕਰ ਲਾਂਗੇ ਠੀਕ ਆ ਉਹ ਵੀ ਬਕਾਊ ਆ ਉਹ ਵੀ ਬਕਾਊ ਹਾਂਜੀ ਠੀਕ ਆ ਬਾਈ
ਤੇ ਇਹ ਆ ਗਏ ਬਈ ਆਪਣੇ ਇੱਧਰ ਇੱਕ ਹੋਰ ਖੜੀ ਹੈ ਪੰਜਾਬ ਘੋੜੀ ਆ ਗਈ ਬਈ ਹਾਂ ਇੱਧਰ ਸੰਜਾਫ ਰਹਿ ਗਈ ਸੀ ਦੋਸਤੋ ਸੱਚ ਆਹ ਵੀ ਦਿਖਾ ਦਈਏ ਤੁਹਾਨੂੰ ਜਾਂਦੇ ਜਾਂਦੇ ਤੇ ਇਹ ਬਈ ਸੰਜਾਫ ਦੀ ਗੱਲ ਕਰੀਏ ਇਹ ਕਿਵੇਂ ਕਿਹੜੀ ਲਾਈਨ ਲੂਈਨ ਦੀ ਹੈ ਕੁਛ ਪਤਾ ਲਾਈਨ ਨਹੀਂ ਬਈ ਇਹ ਤਾਂ ਪਤਾ ਮੂੰਹੋਂ ਹੁਣ ਫਰੈਸ਼ ਪੰਜ ਦੰਦ ਹੋਈ ਹੈ ਇਹ ਠੀਕ ਹੈ ਬਈ ਹਾਂਜੀ ਪੰਜ ਦੰਦ ਹੋ ਗਈ ਤੇ ਕਿਵੇਂ ਬਈ ਹੁਣ ਖਾਲੀ ਹੈ ਗੱਬਣ ਗੱਬਣ ਹੈ ਬਈ ਵੀ ਹੁਣ ਵੀ ਗੱਬਣ ਹਾਂਜੀ ਕਿੰਨੇ ਟਾਈਮ ਦੀ ਬਈ ਇਹ ਹੋ ਗਈ ਸਵਾ ਕੁ ਦੋ ਮਹੀਨਿਆਂ ਦੀ ਹਾਂਜੀ ਸਵਾ ਦੋ ਮਹੀਨਿਆਂ ਦੀ ਹਾਂਜੀ ਤੇ ਚੈੱਕ ਪਾਸ ਹੋ ਗਈ ਬਈ ਚੈੱਕ ਪਾਸ ਬਈ ਹਾਂਜੀ ਇਹ ਕਿਹੜੇ ਘੋੜੇ ਆਪਣੇ ਨੁਕਰੇ ਘੋੜੇ ਤੋਂ ਇਹ ਵੀ ਨੁਕਰੇ ਤੋਂ ਆਪਣੇ ਤੋਂ ਠੀਕ ਹੈ ਬਈ ਹਾਂਜੀ ਤੇ ਹਾਈਟ ਦੀ ਕਿੰਨੀ ਆ ਇਹ ਬਈ 62 ਆ 62 ਫੱਟੀ ਵਾਲੀ 60 ਚਾਲ ਚੂਲ ਵਧੀਆ ਬਈ ਹਾਂ ਬਹੁਤ ਸੋਹਣੀ ਬਾਰੀ ਪੂਰੀ ਕਰ ਦੋ ਭਾਵੇਂ ਬੱਚੇ ਬੈਠੇ ਰਹਿਣੇ ਤੇ ਤਾਂ ਬਾਹਲੀ ਚੰਗੀ ਚਾਲ ਤੁਰਦੀ ਆ ਬਕੇਰਾ ਬਹਿ ਜਾਓ ਸਹੀ ਬਸ ਉਸ ਤੋਂ ਬਾਅਦ ਇਹਦਾ ਕੰਮ ਹੈ ਜੋ ਇਹਨੇ ਦਿਖਾਉਣਾ ਆਪਦੇ ਠੀਕ ਆ ਉਸ ਤੋਂ ਬਾਅਦ ਆਪੇ ਝੱਟ ਦਿਖਾ ਦਿੰਦੇ ਅੱਛਾ ਤੇ ਉਧਰ ਬਈ ਹੋ ਉਹਦੀ ਗੱਲ ਕਰਕੇ ਇਹ ਨੀਲੀ ਚੰਬੀ ਘੋੜੀ ਆ ਬਈ ਠੀਕ ਆ ਬਈ ਇਹ ਵੀ ਪਕਾਊ ਆ ਹਾਂਜੀ ਬਈ ਤੇ ਇਹਦਾ ਇਹਦੀ ਡਿਟੇਲਿੰਗ ਕੀ ਆ ਬਈ ਕੁਛ ਪਤਾ ਕਿਹੜੇ ਇਹ ਵੀ ਅੰਨ ਆਉਣਾ ਬਾਈ ਠੀਕ ਆ ਬਈ ਲੈਣ ਇਹਦੀ ਵੀ ਅੰਨ ਆਉਣੀ ਹਾਂਜੀ ਹਾਂਜੀ ਤੇ ਇਹ ਬਈ ਮੰਨ ਕੇ ਚੱਲ ਕਿਵੇਂ ਹੁਣ ਖਾਲੀ ਹੈ ਖਾਲੀ ਹੈ ਬਈ ਫਿਲਹਾਲ ਇਹ ਖਾਲੀ ਹੈ ਫਿਲਹਾਲ ਪਹਿਲਾਂ ਸੂਈ ਹੈ ਬਈ ਇਹ ਸੂਈ ਹੈ ਬਈ ਦੋ ਸੂਏ ਸੂਈ ਹੈ ਪਹਿਲਾਂ ਦੋ ਸੂਏ ਸੂਪੀ ਹਾਂਜੀ ਨੁਕਰੀ ਬੱਚੇ ਦਿੱਤੇ ਬਈ ਇਹਨੇ ਬੱਚੇ ਨੁਕਰੀ ਦਿੱਤੇ ਕਿਉਂਕਿ ਚਿੱਟਾਪਣ ਬਹੁਤ ਜ਼ਿਆਦਾ ਬਈ ਹੈ ਰੰਗ ਪੈਰ ਬਹੁਤ ਚਿੱਟੇ ਨੇ ਢਿੱਡ ਚਿੱਟਾ ਹਰਾ ਤੇ ਸੋਹਣੀ ਲੱਗਦੀ ਆ ਵੀਡੀਓ ਚ ਵੀ ਸੋਹਣੀ ਲੱਗਦੀ ਆ ਹਨਾ ਸ਼ਾਰਟ ਦੇਖੋ ਦੋਸਤੋ ਤੁਸੀਂ ਕਿੱਡੇ ਸੋਹਣੇ ਆਇਆ ਇਹ ਕੁੜੀ ਦੇ ਤੇ ਇੱਕ ਰੂਹ ਖੁਸ਼ ਹੁੰਦੀ ਆ ਦੇਖ ਕੇ ਕੁੜੀ ਨੂੰ ਵੀ ਚਾਲ ਚੂਲ ਦੀ ਬਈ ਬਹੁਤ ਚੰਗੀ ਆ ਚਾਲ ਚੂਲ ਤੁਰਦੀ ਕਰਦੀ ਵਧੀਆ ਬਈ ਇੱਕ ਇਹ ਵੀ ਅਜੇ ਬਈ ਜੇ ਆਪਣਾ ਕਿਸੇ ਵੀਰ ਨਾਲ ਸੌਦਾ ਹੁੰਦਾ ਹਨਾ ਤਾਂ ਆਪਾਂ ਆਪਣੇ ਵਾਲੇ ਘੋੜੇ ਤੋਂ ਭਰਾ ਕੇ ਵੀ ਦੇ ਦਾਂਗੇ ਠੀਕ ਆ ਬਈ ਹਾਂਜੀ ਬਈ ਮਤਲਬ ਘੋੜਾ ਫ੍ਰੀ ਚ ਛੱਡ ਦੇ ਛੱਡ ਦਾਂਗੇ ਠੀਕ ਆ ਆ ਵੀ ਮਤਲਬ ਦੋਸਤੋ ਬਾਈ ਕਹਿੰਦਾ ਵੀ ਆਪਾਂ ਆਫਰ ਦੇ ਦਾਂਗੇ ਹਾਂਜੀ ਬਈ ਤੇ ਫਿਰ ਵੀ ਛੱਡ ਦਾਂਗੇ ਇਹ ਥੋੜਾ ਟਾਈਮ ਹੀ ਹੋਇਆ ਆਪਣੇ ਕੋਲੇ ਆਈ ਨੂੰ ਨਹੀਂ ਤਾਂ ਇਹ ਵੀ ਗੱਬਣ ਕਰਾ ਦਿੰਦੇ ਅੱਜ ਨੂੰ ਤੇ ਜੇ ਹੁਣ ਕਰਾ ਦਾਂਗੇ ਜਿੱਦਣ ਹੀ ਹੀਟ ਚ ਆ ਕੇ ਦੁਬਾਰੇ ਭਰਾ ਲਾਂਗੇ ਠੀਕ ਆ ਬਈ ਮਤਲਬ ਆ ਬਈ ਇਹਦਾ ਵੀ ਫੋਨ ਤੇ ਕਰ ਲਾਂਗੇ ਮਤਲਬ ਆਪਣੇ ਕੋਲੇ ਲਿਮਿਟਡ ਜੇ ਵੀ ਜਿੰਨੇ ਕਿ ਜਾਨਵਰ ਉਹਨੇ ਕਿ ਦਾ ਰੇਟ ਹੈਗਾ ਵੀ ਐਂ ਨਹੀਂ ਹੈ ਵੀ ਦੋਸਤੋ ਵੀ ਰੇਟ ਬਾਈ ਤੋਂ ਜ਼ਿਆਦਾ ਮੰਗ ਲੂਗਾ ਹਨਾ ਤੇ ਥੋੜੇ ਭਾਲੀ ਘੋੜੀਆਂ ਵੀ ਹੈਗੀਆਂ ਆਪਣੇ ਕੋਲੇ ਉਹ ਆਪਾਂ ਦਿਖਾਈਆਂ ਨੇ ਵੀਡੀਓ ਚਲੋ ਜੇ ਕੋਈ ਵੀਰ ਭਾਈ ਆਉਂਦਾ ਹਨਾ ਆਪਾਂ ਕਰ ਲਾਂਗੇ ਦਿਖਾ ਦਾਂਗੇ ਅਗਲੇ ਨੂੰ ਤੇ ਹਰੇਕ ਜਾਨਵਰ ਹਰੇਕ ਰੇਟ ਦਾ ਜਾਨਵਰ ਹਰੇਕ ਰੇਟ ਦਾ ਜਾਨਵਰ ਹੈਗਾ ਫਿਰ ਚੰਬਾ ਵੀ ਮਿਲ ਜੂ ਨੁਕਰਾ ਵੀ ਮਿਲ ਜੂ ਮਾਰਵਾੜੀ ਵੀ ਮਿਲ ਜੂ ਜਾਨਵਰ ਮਤਲਬ ਸਾਰੇ ਪ੍ਰਕਾਰ ਦੇ ਸਾਰੇ ਹੀ ਆ ਹਾਂਜੀ ਤੇ ਇਹ ਦੋਸਤੋ ਬਾਈ ਹਰਮਨ ਆ ਪਹਿਲਾਂ ਤੁਸੀਂ ਬਾਈ ਨੂੰ ਦੇਖਿਆ ਨਹੀਂ ਹੋਣਾ ਮੇਲੇ ਮੂਲੇ ਦਾ ਖੈਰ ਬਾਈ ਜਾਂਦਾ ਰਹਿੰਦਾ ਜਾਨਵਰ ਰੱਖਦੇ ਆ ਪੁਰਾਣੇ ਪਰ ਕਦੇ ਵੀਡੀਓ ਵਗੈਰਾ ਨਹੀਂ ਕਰਾਈ ਸਾਹਮਣੇ ਨਹੀਂ ਮੀਡੀਆ ਤੇ ਬਾਈ ਇਹਨਾਂ ਐਕਟਿਵ ਨਹੀਂ ਰਹੇ ਫਿਰ ਹੁਣ ਜੀ ਕਰਿਆ ਚਲੋ ਆਪਾਂ ਕਰਾਈਏ ਹਨਾ ਕਈ ਵੀਰ ਕਹਿੰਦੇ ਸੀ ਕਿ ਤੁਸੀਂ ਵੀਡੀਓ ਨਹੀਂ ਕਰਾਉਂਦੇ ਜਾਂ ਲੋਕਾਂ ਦਾ ਤੁਹਾਡਾ ਪਤਾ ਨਹੀਂਗਾ ਹਾਂਜੀ ਬਾਈ ਤੋਂ ਜਿਹੜੇ ਲਿਆਜੀ ਸੀਗੇ ਬਾਈ ਉਹੀ ਆਉਂਦੇ ਹੁੰਦੇ ਸੀਗੇ ਆਪਣੇ ਕੋਲੇ ਘੋੜੀਆਂ ਲੈਣ ਤੇ ਜਿਵੇਂ ਪਰ ਹਰੇਕ ਬੰਦੇ ਨੂੰ ਆਪਣਾ ਪਤਾ ਨਹੀਂ ਸੀਗਾ ਹਰੇਕ ਨੂੰ ਪਤਾ ਨਹੀਂ ਸੀ ਬਾਈ ਬਾਕੀ ਦੋਸਤੋ ਗੱਲ ਆਏ ਆ ਹੁਣ ਬਾਈ ਦਾ ਹਰਮਨ ਵਰਗੇ ਨਾਲ ਚਲੋ ਮਿਲੇ ਬੈਠੇ ਬੰਦੇ ਤੋਂ ਪਤਾ ਲੱਗ ਗਿਆ ਤਾਂ ਸੁਭਾਅ ਬਾਈ ਬਹੁਤ ਮੱਠਾ ਸੁਭਾਅ ਦੇਖੋ ਬਈ ਇਹ ਸਾਰੇ ਭਰਾਵਾਂ ਨਾਲ ਬਹਿ ਕੇ ਉੱਠਦੇ ਆ ਨਾ ਸਾਰਾ ਤੇ ਬਈ ਤਾਂ ਕਰਕੇ ਸੁਭਾਅ ਹੋ ਜਾ ਹੋ ਜਾਂਦਾ ਬੰਦੇ ਦਾ ਇਹ ਬਾਈ ਮਹਿੰਦਰ ਸਿੰਘ ਬਈ ਅਸੀਂ ਦੋਵੇਂ ਪਾਰਟਨਰ ਆ ਇੱਕ ਦੋਵੇਂ ਇਕੱਠੇ ਕਰ ਸਾਰੇ ਜਾਨਵਰ ਹਾਂਜੀ ਸਾਡੇ ਦੋਵਾਂ ਦੇ ਸਾਂਝੇ ਨੇ ਠੀਕ ਹੈ ਤੇ ਇਕੱਠੇ ਕੰਮ ਕਰਦੇ ਜਿਵੇਂ ਅੱਧੇ ਮੈਂ ਸਾਂਭ ਲੈਂਦਾ ਅੱਧੇ ਕੁ ਬਾਈ ਸਾਂਭ ਲੈਂਦਾ ਤੇ ਵਾਧਾ ਘਾਟਾ ਬਈ ਨਾਲੇ ਤਾਂ ਬਾਹਰ ਅੰਦਰ ਜਾਣਾ ਸਾਨੂੰ ਸੌਖਾ ਲੱਗਦਾ ਜਿਵੇਂ ਦੋ ਜਾਣੇ ਆ ਮਿਲ ਕੇ ਬਈ ਕਿੰਨੇ ਮਰਜ਼ੀ ਕੰਮ ਵਧਾ ਲਓ ਸਹੀ ਗੱਲ ਬਈ ਇਕੱਠੇ ਰਲ ਮਿਲ ਕੇ ਕੰਮ ਚੱਲੀ ਜਾਂਦਾ ਭਰਾ ਤੇ ਬੜੇ ਬਾਈ ਚਲੋ ਵਾਹਿਗੁਰੂ ਨੇ ਆਈ ਰੰਗ ਭਗ ਲਾਈ ਰੱਖੇ ਪਰਮਾਤਮਾ ਬਈ ਹਨਾ ਤੇ ਬਈ ਜਾਨਵਰਾਂ ਦਾ ਫਿਰ ਕਰ ਦਿਓ ਰੈਗੂਲਰ ਵਪਾਰ ਹਾਂਜੀ ਹਨਾ ਲੈਣ ਦੇਣ ਤੇ ਕਈ ਵਾਰੀ ਭਰਾ ਕਿਸੇ ਪੁਰਾਣੇ ਵੇਚਣੀ ਹੁੰਦੀ ਤੇ ਉਹ ਵੀ ਸੰਪਰਕ ਕਰਦੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਲੋ ਬਈ ਦੋਸਤੋ ਬਾਈਆਂ ਦਾ ਜਿਹੜਾ ਪਿੰਡ ਆ ਉਹਦੀ ਤੁਹਾਨੂੰ ਮੈਂ ਲੋਕੇਸ਼ਨ ਦੱਸ ਦਿੰਦਾ ਵੀ ਸਰਸਾ ਤੋਂ ਜਦੋਂ ਆਪਾਂ ਰਾਣੀਆਂ ਨੂੰ ਆਉਣੇ ਬਾਈ ਉਹ ਰੋਡ ਤੇ ਪਿੰਡ ਆ 5-7 ਕਿਲੋਮੀਟਰ ਅੱਗੇ ਆ ਕੇ ਤੇ ਮੇਨ ਰੋਡ ਤੇ ਪਿੰਡ ਮੰਨੋ ਬਸ 5-7 ਕਿੱਲੇ ਸਾਈਡ ਤੇ ਆ ਤੇ ਆਪਣੇ ਪਿੰਡ ਦਾ ਨਾਮ ਬਈ ਟੀਟੂ ਖੇੜਾ ਤੇ ਬਾਕੀ ਤੁਸੀਂ ਲੋਕੇਸ਼ਨ ਭਰ ਲਿਓ ਬਾਈਆਂ ਦਾ ਬਾਹਰ ਬਾਰੀ ਘਰ ਆ ਕੋਈ ਬੜਾ ਔਖਾ ਰਸਤਾ ਨਹੀਂਗਾ ਕੋਈ ਵੀ ਭਰਾ ਜੇਕਰ ਦੋਸਤੋ ਇਹ ਜਾਨਵਰਾਂ 'ਚੋਂ ਜਾਨਵਰ ਲੈਣਾ ਚਾਹੁੰਦਾ
ਤਾਂ ਉਹ ਬਾਈਆਂ ਨੂੰ ਘੰਟੀ ਕਰ ਸਕਦਾ, ਨੰਬਰ ਤੁਹਾਨੂੰ ਮੈਂ ਸਕਰੀਨ 'ਤੇ ਦੇ ਦਿੰਦਾ ਬਾਈਆਂ ਦੇ। ਅਤੇ ਆਪਣੇ ਕੋਲ ਬਾਈ 7 ਘੋੜੀਆਂ ਹਨ ਬਾਈ, 9 ਘੋੜੀਆਂ, 9 ਘੋੜੀਆਂ ਨੇ ਅਤੇ ਇੱਕ ਬਛੇਰਾ। ਹਾਂਜੀ, ਅਤੇ ਕੋਈ ਵੀ ਭਰਾ ਜੇਕਰ ਦੋਸਤੋ ਇਹਨਾਂ ਜਾਨਵਰਾਂ 'ਚੋਂ ਜਾਨਵਰ ਲੈਣਾ ਚਾਹੁੰਦਾ ਤਾਂ ਬਾਈ ਵਰਗੇ ਨੂੰ ਘੰਟੀ ਕਰ ਸਕਦਾ ਜੀ। ਬਾਕੀ ਦੋਸਤੋ ਵੀਡੀਓ ਆਪਣੇ ਸਾਰੇ ਘੋੜੀਆਂ ਵਾਲੇ ਭਰਾਵਾਂ 'ਚ ਅੱਗੇ ਸ਼ੇਅਰ ਕਰ ਦਿਓ। ਬਹੁਤ ਬਹੁਤ ਧੰਨਵਾਦ ਜੀ ਸਾਰੇ ਦੋਸਤੋ।